हेलो स्टूडेंट्स, मैं रचना राणी तुहाडी अपनी मैथ टीचर। मेरी क्लास तुहाडा सारयां दा बहुत बहुत स्वागत है। सारे मेरे वालों प्यार भरी सत श्री अकाल। ते अज असीं करन जा रहे हां डिविजिबिलिटी टेस्ट, भाग योग्यता। ठीक है, भाग योग्यता च असीं इह देखणा है बिना भाग कीते देखणा कि कोई रकम जिहड़ी है दूसरी रकम नाल भाग हुंदी है जां नहीं हुंदी। सो इह देखण लई सब तों पहलां असीं 2 तों स्टार्ट करदे हां, 2 तों स्टार्ट करदे हां। ठीक है, कोई भी नंबर जिहड़ा आ, कोई भी रकम दो नाल उदों भाग योग हुंदी है। पूरी पूरी भाग योग, पहला तो भाग योग दा समझणी जरूरी। भाग योग दा मतलब कि जदों असीं किसी नंबर नूं किसी डिजिट नाल डिवाइड करते हैं तो जे साडा रिमाइंडर यानी कि बाकी जीरो बचदा आ तो उस वेले असीं कहिंदे आ कि इह जिहड़ा नंबर है इह डिजिट दे नाल पूरा पूरा वंडण योग है, वंडिया जांदा है। ठीक है, उहनूं असीं कहिंदे भाग योग है जां डिविजिबल है। ठीक है, हुण असीं दो नाल डिविजिबिलिटी टैसट करनी है। दो नाल डिविजिबिलिटी टैसट करन लई असीं की देखदे आ, दो दा टेबल कदी देखिया जाए तो दो दा टेबल हुंदा एक दूनी दूनी ते दो दूनी चार, तीन दूनी छे, चार दूनी अठ, पांच दूनी दस, छे दूनी बारह, सत दूनी चौदह, अठ दूनी सोलह, नौ दूनी अठारह ते दस दूना भी। ठीक है, यह टेबल हुंदा दो दा। ਇਹਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਇਹਦੇ ਜਿਹੜਾ ਇਕਾਈ ਦੇ ਸਥਾਨ 'ਤੇ ਅੰਕ ਆਉਂਦਾ ਪਿਆ, ਇਕਾਈ ਦੇ ਸਥਾਨ 'ਤੇ ਜਿਹੜਾ ਅੰਕ ਆਉਂਦਾ, ਜਿਹੜਾ ਡਿਜਿਟ ਵਨਸ ਦੀ ਪਲੇਸ 'ਤੇ ਆਉਂਦਾ ਪਿਆ, ਉਹ ਸਾਰੇ ਦੇ ਸਾਰੇ ਸਾਡੇ ਈਵਨ ਨੰਬਰ ਆਉਂਦੇ ਪਏ ਆ। ਜਿੰਨਾ ਵੀ ਦੋ ਦਾ ਪਹਾੜਾ ਹੈਗਾ, ਟੂ ਦਾ ਟੇਬਲ ਆ ਜਿਹੜਾ, ਉਹਦੇ ਜਿਹੜਾ ਉਹਦੇ ਵਿੱਚ ਲਾਸਟ ਡਿਜਿਟ ਜਿਹੜਾ ਆ ਉਹ ਸਾਰੇ ਈਵਨ ਡਿਜਿਟ ਹੈ। ਠੀਕ ਹੈ, ਕਿਤੇ ਵੀ ਕੋਈ ਔਡ ਨਹੀਂ ਔਰ ਸਾਰੇ ਦੇ ਸਾਰੇ ਈਵਨ ਹੈਗੇ ਆ। 2 4 6 8 0, 2 4 6 8 0। ਠੀਕ ਹੈ, ਕੋਈ ਵੀ ਨੰਬਰ ਕਿੰਨਾ ਵੀ ਵੱਡਾ ਹੋਏ, ਠੀਕ ਹੈ, ਉਹਦਾ ਅਸੀਂ ਵਨਸ ਦੀ ਪਲੇਸ 'ਤੇ ਜਿਹੜਾ ਡਿਜਿਟ ਆ ਉਹਨੂੰ ਦੇਖਣਾ ਹੈ। ਠੀਕ ਹੈ, ਇਹ ਮੈਂ 3 ਨੰਬਰ ਲਿਖੇ। ਠੀਕ ਹੈ, ਇਹਨਾਂ ਤਿੰਨਾਂ ਨੰਬਰਾਂ ਦੇ ਵਿੱਚ ਇਹਦੇ ਲਾਸਟ 'ਤੇ 2 ਹੈ। ਠੀਕ ਹੈ, ਇਕਾਈ ਦੇ ਸਥਾਨ 'ਤੇ 2 ਹੈਗਾ, ਇਹਦੇ ਇਕਾਈ ਦੇ ਸਥਾਨ 'ਤੇ 4 ਹੈ, ਇਹਦੀ ਇਕਾਈ ਦੇ ਸਥਾਨ 'ਤੇ 8 ਹੈ। ਠੀਕ ਹੈ, ਸੋ ਇਹ ਸਾਰੇ ਨੰਬਰ ਜਿਹੜੇ ਆ ਜੇ ਅਸੀਂ ਦੋ ਨਾਲ ਇਹਨਾਂ ਨੂੰ ਭਾਗ ਕਰਾਂਗੇ ਨਾ ਤਾਂ ਸਾਰੇ ਦੇ ਸਾਰੇ ਹੀ ਭਾਗ ਯੋਗ ਹੈ। ਠੀਕ ਹੈ, ਜੇ ਮੰਨ ਲਓ ਇੱਥੇ ਸਾਡੇ ਕੋਲ 5 ਹੁੰਦਾ ਜਾਂ ਇੱਥੇ ਮੈਂ 7 ਲਿਖਦਾ, ਕੋਈ ਵੀ ਔਡ ਨੰਬਰ ਲਿਖਦਾ, ਕੋਈ ਮਤਲਬ ਟਾਂਕ ਸੰਖਿਆਵਾਂ ਸੰਖਿਆ ਲਿਖਦਾ ਤਾਂ ਫਿਰ ਇਹ ਦੋ ਨਾਲ ਭਾਗ ਯੋਗ ਨਹੀਂ ਹੈ। ਜਦੋਂ ਤੱਕ ਇਹ ਜਿਸਤ ਹੈ ਉਦੋਂ ਤੱਕ ਦੋ ਨਾਲ ਭਾਗ ਯੋਗ ਹੈ। ਠੀਕ ਹੈ, ਸੋ ਦੋ ਨਾਲ ਭਾਗ ਯੋਗਤਾ ਲਈ ਅਸੀਂ ਕੀ ਦੇਖਦੇ ਹਾਂ, ਕਿਸੇ ਵੀ ਰਕਮ ਦਾ ਇਕਾਈ ਦਾ ਅੰਕ, ਕਿਸੇ ਵੀ ਨੰਬਰ ਦਾ ਵਨਸ ਪਲੇਸ 'ਤੇ ਜਿਹੜਾ ਡਿਜਿਟ ਹੈ ਅਸੀਂ ਉਹਨੂੰ ਦੇਖਦੇ ਹਾਂ। ਜੇ ਤਾਂ ਉਹ ਦੋ ਨਾਲ ਭਾਗ ਹੁੰਦਾ ਆ, ਦੋ ਦੇ ਪਹਾੜੇ 'ਚ ਆਉਂਦਾ ਆ, ਤਾਂ ਉਹ ਪੂਰੀ ਦੀ ਪੂਰੀ ਸੰਖਿਆ ਜਿਹੜੀ ਆ ਉਹ ਦੋ ਨਾਲ ਭਾਗ ਯੋਗ ਹੁੰਦੀ ਆ, ਨਹੀਂ ਤਾਂ ਨਹੀਂ ਹੁੰਦੀ। ਨੈਕਸਟ ਅਸੀਂ ਦੇਖਦੇ ਹਾਂ 3 ਨਾਲ ਭਾਗ ਯੋਗਤਾ। ਠੀਕ ਹੈ, 3 ਨਾਲ ਇਹਦੀ ਡਿਵੀਜ਼ਿਬਿਲਿਟੀ, ਕਿਸੇ ਵੀ ਨੰਬਰ ਦੀ ਡਿਵੀਜ਼ਿਬਿਲਿਟੀ 3 ਨਾਲ ਅਸੀਂ ਦੇਖਣੀ ਹੋਵੇ ਕਿ ਉਹ ਨੰਬਰ 3 ਨਾਲ ਡਿਵਾਈਡ ਹੁੰਦਾ ਹੈ ਜਾਂ ਨਹੀਂ ਹੁੰਦਾ, 3 ਨਾਲ ਭਾਗ ਹੁੰਦਾ ਜਾਂ ਨਹੀਂ ਹੁੰਦਾ, ਅਤੇ ਉਹਦੇ ਵਿੱਚ ਕੀ ਕਰਦੇ ਅਸੀਂ ਉਸ ਨੰਬਰ ਦੇ ਜਿਹੜੇ ਡਿਜ਼ਿਟ ਆ ਨਾ ਉਹਨਾਂ ਨੂੰ ਜੋੜ ਲੈਂਦੇ ਹਾਂ। ਜਿਸ ਨੰਬਰ ਨੂੰ ਅਸੀਂ ਡਿਵਾਈਡ ਕਰਨਾ ਹੁੰਦਾ, ਮੰਨ ਲਓ ਇਹਨੂੰ ਅਸੀਂ ਡਿਵਾਈਡ ਕਰਨਾ ਆ, ਸਪੋਜ਼ ਕਰੋ ਅਸੀਂ ਇਹਨੂੰ ਡਿਵਾਈਡ ਕਰਨਾ, ਇਸ ਰਕਮ ਨੂੰ ਡਿਵਾਈਡ ਕਰਨਾ ਅਸੀਂ 3 ਨਾਲ, ਤਾਂ ਅਸੀਂ ਕੀ ਇੱਦਾਂ ਦੱਸ ਸਕਦੇ ਹਾਂ ਕਿ ਇਹ ਡਿਵਾਈਡ ਹੋ ਰਹੀ ਹੈ 3 ਨਾਲ ਕਿ ਨਹੀਂ ਹੋਏਗੀ, ਪੂਰੀ ਪੂਰੀ ਜਾਏਗੀ ਕਿ ਨਹੀਂ ਜਾਏਗੀ। ਠੀਕ ਹੈ, ਪੂਰੀ ਡਿਵੀਜ਼ਿਬਲ ਹੈਗੀ ਆ 3 ਨਾਲ ਜਾਂ ਨਹੀਂ ਹੈਗੀ, ਤਾਂ ਅਸੀਂ ਕੀ ਕਰਨਾ ਇਹਦੇ ਜਿੰਨੇ ਡਿਜਿਟ ਹੈ ਇਹਨਾਂ ਨੂੰ ਪਲੱਸ ਕਰ ਲੈਣਾ। ਇਸ ਤਰ੍ਹਾਂ 7 + 1 + 2 + 2। ਠੀਕ ਹੈ, 7 + 1 = 8, 8 + 2 = 10, 10 + 2 = 12। ਇਹਦਾ ਸਾਡਾ ਸਮ ਕਿੰਨਾ ਆ ਗਿਆ, 12, ਯਾਨੀ ਕਿ 12। ਹੁਣ ਅਸੀਂ ਇਸ ਸਮ ਨੂੰ ਦੇਖਣਾ ਕਿ ਇਹ 3 ਦੇ ਟੇਬਲ 'ਚ ਆਉਂਦਾ, 3 ਨਾਲ ਡਿਵਾਈਡ ਹੁੰਦਾ ਇਹ ਸਮ, ਤਾਂ ਅਸੀਂ 3 ਦੇ ਟੇਬਲ 'ਚ ਆਉਂਦਾ 3 4 = 12। ਠੀਕ ਹੈ, ਜੇ ਸਮ ਜਿਹੜਾ ਆ 3 ਨਾਲ ਡਿਵਾਈਡ ਹੋ ਜਾਂਦਾ ਆ, ਠੀਕ, ਤਾਂ ਇਹ ਜਿਹੜੀ ਰਕਮ ਵੀ ਆ ਇਹ ਵੀ 3 ਨਾਲ ਡਿਵਾਈਡ ਹੋ ਜਾਣੀ ਆ, ਇਹ 3 ਨਾਲ ਭਾਗ ਹੋ ਜਾਣੀ। ਠੀਕ ਹੈ, 3 ਤੋਂ ਬਾਅਦ ਅਸੀਂ 4 ਨਾਲ ਭਾਗ ਯੋਗਤਾ ਦੇਖਣੀ ਆ, 4 ਨਾਲ ਡਿਵੀਜ਼ਿਬਿਲਿਟੀ ਦੇਖਣੀ ਆ ਕਿ ਜਿਹੜਾ ਨੰਬਰ ਸਾਨੂੰ ਗਿਵਨ ਨੰਬਰ ਆ ਕਿ ਉਹ 4 ਨਾਲ ਡਿਵਾਈਡ ਹੁੰਦਾ ਜਾਂ ਨਹੀਂ ਹੁੰਦਾ।
ਜਿਹੜੀ 4 ਦੀ ਡਿਵੀਜ਼ਿਬਿਲਟੀ ਹੈ 4 ਦੀ ਭਾਗਯੋਗਤਾ ਹੈ ਉਹਦੇ ਵਿੱਚ ਜਿਹੜਾ ਨੰਬਰ ਆ ਉਹ 2 ਡਿਜਿਟਸ ਤੋਂ ਜ਼ਿਆਦਾ ਹੋਣਾ ਚਾਹੀਦਾ ਠੀਕ ਹੈ ਉਹ ਜਿਹੜਾ ਰਕਮ ਹੋਏਗੀ 2 ਅੰਕਾਂ ਤੋਂ ਜ਼ਿਆਦਾ ਵਾਲੀ ਰਕਮ ਹੋਏਗੀ 2 ਅੰਕਾਂ ਵਾਲੀ ਰਕਮ 'ਤੇ ਅਸੀਂ ਇਹਦਾ ਡਿਵੀਜ਼ਿਬਿਲਟੀ ਟੈਸਟ ਨਹੀਂ ਲਾਉਂਦੇ ਠੀਕ ਹੈ 3 ਅੰਕ ਹੋਣਗੇ ਤਾਂ 4 ਅੰਕਾਂ ਵਾਲੀ ਰਕਮ ਹੋਏਗੀ ਉਸ ਤੋਂ ਜ਼ਿਆਦਾ ਜਿੰਨੀ ਮਰਜ਼ੀ ਹੋਵੇ ਠੀਕ ਹੈ ਮੰਨੋ ਮੈਂ ਇੱਥੇ ਦੇਖੋ ਮੈਂ ਰਕਮ ਲਿਖ ਦਿੱਤੀ ਠੀਕ ਹੈ ਅਸੀਂ 4 ਨਾਲ ਡਿਵੀਜ਼ਿਬਿਲਟੀ ਜਦੋਂ ਚੈੱਕ ਕਰਨੀ ਆ 4 ਨਾਲ ਭਾਗਯੋਗਤਾ ਜਿਸਲੇ ਚੈੱਕ ਕਰਨੀ ਆ ਤਾਂ ਅਸੀਂ ਲਾਸਟ ਵਾਲੇ 2 ਡਿਜ਼ਿਟ ਦੇਖਣੇ ਇਹ ਕੀ ਬਣਿਆ ਸਾਡੇ ਕੋਲ 36 ਠੀਕ ਹੈ ਲਾਸਟ ਸਾਡੇ ਕੋਲ ਆ ਗਿਆ 36 2 ਡਿਜ਼ਿਟ ਤਾਂ ਅਸੀਂ ਇਹ ਦੇਖਣੇ ਕੀ ਇਹ 4 ਦੇ ਟੇਬਲ 'ਚ ਆਉਂਦੇ ਆ 4 ਦੇ ਪਹਾੜੇ ਜਾਂਦੇ ਆ ਅਤੇ 4 9 36 9 4 9 36 4 9 ਦਾ 36 ਠੀਕ ਹੈ ਤਾਂ ਫਿਰ ਜੇ ਤਾਂ ਆ ਗਏ ਫਿਰ ਤਾਂ ਇਹ ਡਿਵੀਜ਼ਿਬਲ ਹੈਗੀ ਆ ਜੇ ਨਹੀਂ ਆਉਣਗੇ ਤਾਂ ਫਿਰ ਡਿਵੀਜ਼ਿਬਲ ਨਹੀਂ ਹੈ ਇਹਦੀਆਂ ਹੋਰ ਐਗਜ਼ਾਮਪਲਸ ਦੇਖੀਏ ਹੁਣ ਇਹ ਦੇਖੋ ਇਹਦੇ ਲਾਸਟ ਦੇ 2 ਡਿਜਿਟ ਜਿਹੜੇ ਆ ਉਹ ਕੀ ਆ 05 ਹੈ ਜਾਨ ਕਿ 5 ਹੈ 4 ਦੇ ਟੇਬਲ 'ਚ 5 ਨਹੀਂ ਆਉਂਦੇ ਦੇਰਫੋਰ ਇਹ ਵਾਲੀ ਰਕਮ ਜਿਹੜੀ ਆ ਇਹ ਫਿਰ 4 ਨਾਲ ਡਿਵਾਈਡ ਨਹੀਂ ਹੋ ਸਕਦੀ ਠੀਕ ਹੈ ਇੱਕ ਹੋਰ ਦੇਖੋ ਦੇਖੋ ਇਹ ਰਕਮ ਇਹਦੇ ਵੀ ਅਸੀਂ ਲਾਸਟ 4 ਨਾਲ ਡਿਵੀਜ਼ਿਬਿਲਟੀ ਲਈ ਅਸੀਂ ਲਾਸਟ 2 ਡਿਜਿਟ ਦੇਖਣੇ ਆ ਇਹ ਕੀ ਆ ਸਾਡੇ ਕੋਲ 04 ਦਾ ਮਤਲਬ 4 4 ਦੇ 4 ਦੇ ਟੇਬਲ 'ਚ ਆਉਂਦੀ ਆ ਇਹਦਾ ਮਤਲਬ ਇਹਦਾ ਇਹ ਤੋਂ ਸਾਨੂੰ ਲੱਗਦਾ ਕਿ ਇਹ ਵਾਲੀ ਜਿਹੜੇ ਨੰਬਰ ਆ ਇਹ 4 ਨਾਲ ਭਾਗਯੋਗ ਹੈਗਾ ਆ ਠੀਕ ਹੈ ਹੁਣ ਅਸੀਂ 5 ਨਾਲ ਭਾਗਯੋਗਤਾ ਕਰਦੇ ਹਾਂ ਫਿਰ 5 ਨਾਲ ਭਾਗਯੋਗਤਾ ਦੇਖਣ ਲਈ ਸਾਨੂੰ 5 ਦਾ ਟੇਬਲ ਆਪਣੇ ਦਿਮਾਗ 'ਚ ਲਿਆਉਣਾ ਚਾਹੀਦਾ ਪਹਿਲਾਂ ਕਿ 5 ਦਾ ਟੇਬਲ ਸਾਡਾ ਕੀ ਹੁੰਦਾ ਆ 5 ਇੱਕਮ 5 5 ਦੂਣੀ 10 5 3 15 5 4 20 5 5 25 5 6 30 5 7 35 5 8 40 ਠੀਕ ਹੈ ਹੁਣ ਇੱਥੇ ਦੇਖੋ ਤੁਸੀਂ ਇਕਾਈ ਦੇ ਸਥਾਨ ਤੇ ਕੀ ਆਂਦਾ ਪਿਆ 5 0 5 0 5 0 5 0 ਠੀਕ ਹੈ 1s ਪਲੇਸ ਤੇ 5 ਦੇ ਟੇਬਲ ਦੇ 1s ਪਲੇਸ ਤੇ ਕੀ ਆਂਦਾ ਪਿਆ 5 0 5 0 5 0 5 0 ਜਾਂ ਤਾਂ 5 ਆਂਦੇ ਪਏ ਜਾਂ 0 ਆਂਦਾ ਪਿਆ ਤਾਂ ਇਸ ਲਈ ਫਿਰ ਜਿਹੜੀ ਰਕਮ ਕੋਈ ਵੀ ਰਕਮ ਜਿਹਨੂੰ ਅਸੀਂ ਭਾਗ ਦੇਖਣੀ ਹੈ ਕਿ ਉਹ ਭਾਗ ਹੁੰਦਾ ਹੈ 5 ਨਾਲ ਜਾਂ ਨਹੀਂ ਹੁੰਦਾ ਤਾਂ ਉਹਦਾ ਇਕਾਈ ਦਾ ਨੰਬਰ ਜਾਂ ਤਾਂ 5 ਹੋਏ ਜਾਂ 0 ਹੋਏ ਤਾਂ ਹੀ ਉਹ 5 ਨਾਲ ਭਾਗ ਹੋਣਾ ਜੇ ਕੋਈ ਹੋਰ ਡਿਜਿਟ ਆਉਣਾ ਤੋਂ ਇਲਾਵਾ ਤਾਂ ਫਿਰ ਉਹ 5 ਨਾਲ ਭਾਗ ਨਹੀਂ ਹੋਣਾ ਠੀਕ ਹੈ ਇਹਦੀ ਐਗਜ਼ਾਮਪਲ ਦੇਖ ਲਓ ਦੇਖੋ ਤਾਂ ਇਹ ਜਿਹੜੀ ਪਹਿਲੀ ਰਕਮ ਹੈ ਸਾਡੀ 23,720 ਇਹਦਾ ਇਕਾਈ ਦਾ ਅੰਕ 0 ਆ ਇਹ 5 ਨਾਲ ਭਾਗਯੋਗ ਹੈ ਅੱਗੇ 67,235 ਇਹਦਾ ਇਕਾਈ ਦਾ ਅੰਕ 5 ਹੈ ਇਹ ਵੀ 5 ਨਾਲ ਭਾਗਯੋਗ ਹੈ ਨੈਕਸਟ ਸਾਡੇ ਕੋਲ ਹੈਗਾ 82,654 ਇਹਦਾ ਇਕਾਈ ਦਾ ਅੰਕ 4 ਹੈ 0 ਅਤੇ 5 ਚੋਂ ਨਹੀਂ ਹੈਗਾ 4 ਹੈ ਇਸ ਕਰਕੇ 5 ਨਾਲ ਭਾਗਯੋਗ ਨਹੀਂ ਹੈ ਨੈਕਸਟ ਅਸੀਂ ਚੈੱਕ ਕਰਨੀ ਹੈ 6 ਨਾਲ ਭਾਗਯੋਗਤਾ ਠੀਕ ਹੈ 6 ਨਾਲ ਭਾਗਯੋਗਤਾ ਲਈ ਤੁਸੀਂ 6 ਦੇ ਜਿਹੜੇ ਅਸੀਂ ਪਹਿਲਾਂ ਗੁਣਨਖੰਡ ਬਣਾ ਲਈਏ 6 ਦੇ ਗੁਣਨਖੰਡ ਕੀ ਹੁੰਦੇ ਆ 2 3 6 ਜਿਹੜਾ ਨੰਬਰ 2 ਅਤੇ 3 ਦੋਨਾਂ ਨਾਲ ਹੀ ਭਾਗ ਹੋਵੇ 2 ਨਾਲ ਵੀ ਭਾਗ ਹੋਵੇ ਅਤੇ 3 ਨਾਲ ਵੀ ਭਾਗ ਹੋਵੇ ਉਹ ਨੰਬਰ ਜਿਹੜਾ 6 ਨਾਲ ਵੀ ਭਾਗ ਹੁੰਦਾ ਹੈ ਠੀਕ ਹੈ ਇਹਦੇ ਵਿੱਚ ਸਾਨੂੰ 2 ਡਿਵੀਜ਼ਿਬਿਲਟੀ ਟੈਸਟ ਕਰਨੀਆਂ ਪੈਣੀਆਂ ਇੱਕ 2 ਦੀ ਅਤੇ ਇੱਕ 3 ਦੀ ਦੋਨਾਂ ਨਾਲ ਹੀ ਭਾਗ ਹੋਣਾ ਜ਼ਰੂਰੀ ਹੈ ਤਾਂ ਹੀ ਉਹ 6 ਨਾਲ ਭਾਗ ਹੋਏਗਾ ਜੇ ਦੋਨਾਂ 'ਚੋਂ ਕਿਸੇ ਇੱਕ ਨਾਲ ਭਾਗ ਨਹੀਂ ਹੁੰਦਾ ਤਾਂ 6 ਨਾਲ ਭਾਗ ਨਹੀਂ ਹੋਏਗਾ ਠੀਕ ਹੈ ਹੁਣ 2 ਅਤੇ 3 ਦੀ ਡਿਵੀਜ਼ਿਬਿਲਟੀ ਤੁਹਾਨੂੰ ਆਉਂਦੀ ਹੈ ਅਸੀਂ ਦੇਖੋ ਰਕਮ ਲਿਖਦੇ ਹਾਂ ਇਹ ਮੈਂ ਰਕਮ ਲਿਖੀ ਹੈ 6,324 ਠੀਕ ਹੈ ਹੁਣ ਇਹਦਾ ਇਕਾਈ ਦਾ ਅੰਕ ਤਾਂ 4 ਹੈ ਇਕਾਈ ਦਾ ਅੰਕ 4 ਹੈਗਾ ਇਹ 2 ਨਾਲ ਭਾਗਯੋਗ ਹੈ ਠੀਕ ਹੈ ਨਾ ਹੁਣ ਅਸੀਂ 3 ਨਾਲ ਭਾਗਯੋਗਤਾ ਇਹ ਚੈੱਕ ਕਰਨੀ ਹੈ 2 ਨਾਲ ਤਾਂ ਭਾਗਯੋਗ ਹੋ ਗਈ ਇਹ ਠੀਕ ਹੈ ਤਾਂ 3 ਨਾਲ ਅਸੀਂ ਭਾਗਯੋਗਤਾ ਇਹ ਚੈੱਕ ਕਰਾਂਗੇ 6 + 3 + 2
असीं लिखांगे रकम जिहड़ी आ दो नाल ते तीन नाल भाग योग है, इसलिए ये छे नाल भी भाग योग है। ठीक है, जे एक होर असीं रकम देखिए, पांच हजार चार सौ चौदह। ठीक है, इहदा इकाई दा अंक साडे कोल किन्ना आ, चार। दो नाल तां भाग योग हैगी है, इह तां पक्का हो गया। हुण इहदे अंक जोड़ के देख लईए असीं, ये साढ़े को आ गया पांच ते चार नौ, नौ ते एक दस, दस ते चार चौदह। ये जिहड़े चौदह आ जाने कि फोर्टीन है, ये पांच नाल, ये तीन नाल भाग नहीं होंगे। जिहड़े फोर्टीन है ये तीन नाल भाग नहीं होंगे। ठीक है, दो नाल तो भाग होंदा पिया है, पर तीन नाल ये रकम भाग नहीं हो रही, इस करके छे नाल भाग योग नहीं है। ठीक है, जे मैं इत्थे पांच लिखदा, इत सम जो कि आ जाना चौदह की जगह पर पंद्रह आ जाना। हूँ तीन नाल भाग योग है, तीन नाल भाग योग हो गया पंद्रह, बट दो नाल भाग योग नहीं है। ठीक है, तो इस करके ये छे नाल भाग योग नहीं है, दोनों नाल ही भाग होना जरूरी है। अठ नाल भाग योगता हम असं देखनी है, तो अठ नाल भाग योगता लिए जिदा असं चार वास्ते लास्ट दो डिजिट देखते सी ना, ये असी तीन डिजिट देखने हैं, तो यदा मतलब असी ये वास्ते सानू तीन तो ज़्यादा डिजिट का नंबर होना चाहिए अठ की भाग योगता देखने। ठीक है, मान लो साढ़े को हैगा नंबर 6782। ठीक है, हूँ असी ये देखना अठ नाल भाग योगता देखने लिए असी लास्ट के तीन डिजिट है ना जेडे इकाई दाई सेंकड़े वाले सौ तक के जो डिजिट है इन्हों असी डिवाइड करके देखांगे अठ नाल। जे तो यह अठ नाल डिवाइड हो जाए फिर अगर जिनी वड्डी मर्जी रकम हो, मान लो इत्थे हो, जे इन्नी वड्डी रकम भी हो तो सानू इत्थों इन्हों तिना डिवाइड करके देख के पता लग जाएगा कि यह रकम अठ नाल भाग होंगी है जा नहीं होंगी। ठीक है, हुण इहनूं असीं देखिए करके अठ नाल बहत्तर, बहत्तर तो छे अठत्तर तो दो ये नहीं जाता। ठीक है, ये जिहड़ी रकम है फिर अठ नाल भाग योग नहीं है। ठीक है, होर कोई देखिए जिहड़ी अठ नाल भाग योग होवे, ये रकम देखिए असीं ये असी लास्ट तीन डिजिट देखा, ये है साढ़े को 768। ठीक है, हम अस 768 डिवाइड करके देखते हैं, अठ नए बहत्तर, बहत्तर तो चार छिहत्तर, उपरों आए अठ, अठ छिके अठताली। ठीक है, बाकी जीरो बच गया, अठ नाल ये तिने डिजिट जोड़े आ भाग हो रहे हैं, इस करके ये वाली रकम जी अठ नाल भी भाग योग है। ठीक है, अठ न चार नाल भाग योगता लई असी की देखते हैं पिछले दो अंक। ठीक है, अठ नाल भाग योगता लई असी की देखते हैं पिछले तीन अंक। ठीक है, नैक्सट असी देखनी है नौ नाल भाग योगता, नौ नाल भाग योगता देखण दा भी सेम तरीका जिहड़ा तीन नाल असी भाग योगता देखण लई करदे सी। ठीक है, तीन नाल की कीता सी असी सारे डिजिट्स का सम कर लिया सी, जे तो सम जिहड़ा तीन नाल डिवाइड हुंदा सी तां पूरा नंबर भी तीन नाल डिवाइड हुंदा सी, तो जे ओह तीन नाल डिवाइड नहीं हुंदा सी तां नंबर तीन नाल डिवाइड नहीं हुंदा सी। सेम इह ही आ, असीं पूरे नंबर दे जिहड़े डिजिट्स हैगे आ उहदा जोड़ कर लैणा, जोड़ करके देखना जे तां जोड़ नौ नाल भाग हो गया तां रकम भी नौ नाल भाग हो जाणी आ, जे ओह जोड़ नौ नाल भाग नहीं होया तां रकम भी नौ नाल भाग नहीं होणी। चलो चैक करदे आ, इह नंबर लिखिआ सी, इस नंबर ते देखो इदा सानू नहीं पता लगता कि नौ नाल डिवाइड होएगा कि नहीं होएगा। ठीक है, असी ये सारे जिहड़े अंक है उन्हों का जोड़ करना, जिन्हें डिजिट है उन्हों का असी जोड़ करना, करके देखिए छे प्लस सत्त प्लस दो प्लस पाँच प्लस तीन प्लस चार, देखिए जोड़ किन्ना आता, सत्त छे तेरह,
13 ਤੇ 2 15 15 5 20 20 ਤੇ 3 23 23 ਤੇ 4 27 27 ਆ ਗਿਆ ਠੀਕ ਹੈ ਤੇ ਇਹ ਸਾਡੇ 9 ਦੇ ਟੇਬਲ ਚ ਆਂਦਾ ਹੈ 9 3 27 ਕਿਉਂਕਿ ਇਹਦਾ ਸਮ ਜਿਹੜਾ ਆ ਉਹ 9 ਨਾਲ ਡਿਵਾਈਡ ਹੁੰਦਾ ਆ ਇਸ ਕਰਕੇ ਇਹ ਵਾਲੀ ਰਕਮ ਵੀ 9 ਨਾਲ ਡਿਵਾਈਡ ਹੋ ਜਾਏਗੀ 9 ਨਾਲ ਭਾਗ ਹੋ ਜਾਏਗੀ ਠੀਕ ਹੈ 9 ਦਾ ਤੇ 3 ਦਾ ਸੇਮ ਮੈਥਡ ਹੈ ਹਾਂਜੀ ਹੁਣ ਅਸੀਂ ਦੇਖਣੀ ਹੈ 10 ਨਾਲ ਭਾਗ ਯੋਗ ਦਾ 10 ਨਾਲ ਭਾਗ ਯੋਗ ਦਾ ਦੇਖਣ ਦਾ ਸੌਖਾ ਤਰੀਕਾ ਬਹੁਤ ਜ਼ਿਆਦਾ ਸੌਖਾ ਤਰੀਕਾ ਹੈ ਕਿ 10 ਦਾ ਟੇਬਲ ਸਾਡਾ 10 ਏਕਮ 10 10 ਜੁਣਾ 20 10 ਤੀਆ 30 10 ਚੌਕਾ 40 10 ਪੰਜੇ 50 ਜਿੱਥੇ ਤੱਕ ਮਰਜ਼ੀ ਜਾਵਾਂਗੇ ਅਸੀਂ ਇਹਦਾ ਇਕਾਈ ਦਾ ਅੰਕ 0 ਹੀ ਆਵੇਗਾ ਠੀਕ ਹੈ ਇਹਦਾ ਇਕਾਈ ਦਾ ਅੰਕ 0 ਹੀ ਆਣਾ ਆ ਇਸ ਕਰਕੇ ਜਿਹੜੀ ਵੀ ਕੋਈ ਰਕਮ ਆ ਜਾਏ ਸਾਡੇ ਕੋਲ ਉਹਦਾ ਇਕਾਈ ਦਾ ਅੰਕ 0 ਹੋਏਗਾ ਤਾਂ 10 ਨਾਲ ਭਾਗ ਉਹਨੇ ਹੋਣਾ ਹੀ ਹੋਣਾ ਠੀਕ ਹੈ ਇਹਦੇ ਵਿੱਚ ਤਾਂ ਕੋਈ ਔਖੀ ਗੱਲ ਨਹੀਂ ਹੈਗੀ ਹੁਣ ਇਸ ਤੋਂ ਬਾਅਦ 11 ਵਾਲੀ ਜਿਹੜਾ ਭਾਗ ਯੋਗਤਾ ਹੈ ਨਾ ਉਹਨੂੰ ਧਿਆਨ ਨਾਲ ਦੇਖਣਾ 11 ਨਾਲ ਭਾਗ ਯੋਗਤਾ ਅਸੀਂ ਕਿੱਦਾਂ ਚੈੱਕ ਕਰਨੀ ਹੈ ਕੋਈ ਵੀ ਨੰਬਰ ਹੈ ਜਿੱਦਾਂ ਹੁਣ ਮੈਂ ਵੱਡਾ ਸਾਰਾ ਨੰਬਰ 1 ਲੈ ਲਿਆ ਇਸ ਨੰਬਰ ਦੇ ਅਸੀਂ ਇੱਕ ਇਹਦੇ ਜਿਹੜੇ ਅੰਕ ਹੈ ਨਾ ਇੱਕ ਤਾਂ ਟਾਂਕ ਸਥਾਨ ਹੈ ਟਾਂਕ ਮਤਲਬ ਇਕਾਈ ਦਹਾਈ ਛੱਡ ਕੇ ਫਿਰ ਤੀਜਾ ਨੰਬਰ ਛੱਡ ਕੇ ਫਿਰ ਪੰਜਵੇਂ ਨੰਬਰ ਤੇ ਅਸੀਂ ਉਹਨਾਂ ਦੀ ਨਿਸ਼ਾਨੀ ਲਾ ਲੈਣੀ ਪਹਿਲਾਂ ਠੀਕ ਹੈ ਟਾਂਕ ਅੰਕਾਂ ਦੇ ਟਾਂਕ ਪਲੇਸਿਸ ਦੇ ਪਹਿਲਾ ਪਹਿਲੀ ਸਥਾਨ ਤੀਜਾ ਸਥਾਨ ਪੰਜਵਾਂ ਸਥਾਨ ਠੀਕ ਹੈ ਤੇ ਉਸ ਤੋਂ ਬਾਅਦ ਸੱਤਵਾਂ ਸਥਾਨ ਸੱਤਵੇਂ ਨੰਬਰ ਤੇ ਦੇਖੋ ਪਹਿਲੇ ਨੰਬਰ ਤੇ ਹੈ ਤੀਜੇ ਨੰਬਰ ਤੇ ਰਕਮ ਹੈ ਇਹ ਪੰਜਵੇਂ ਨੰਬਰ ਤੇ ਹੈ ਤੇ ਇਹ ਸੱਤਵੇਂ ਨੰਬਰ ਤੇ ਹੈ ਇਹਨਾਂ ਦੀ ਅਸੀਂ ਨਿਸ਼ਾਨੀ ਲਾ ਲਈ ਇਹਨਾਂ ਦਾ ਅਸੀਂ ਜੋੜ ਕਰਨਾ ਠੀਕ ਹੈ ਇਹਨਾਂ ਦਾ ਜੋੜ ਕਰੀਏ 5 ਪਲੱਸ 5 ਪਲੱਸ 3 ਪਲੱਸ 2 ਇਹ ਦੇਖੋ ਕਿੰਨੇ ਆਏ 5 ਤੇ 5 10 ਤੇ 5 15 ਇਹਨਾਂ ਦਾ ਜੋੜ ਆ ਗਿਆ 15 ਹੁਣ ਜਿਹਨਾਂ ਦੀ ਨਿਸ਼ਾਨੀ ਨਹੀਂ ਲਾਈ ਯਾਨੀ ਕਿ ਜਿਸ ਜਗ੍ਹਾ ਠੀਕ ਹੈ ਈਵਨ ਪਲੇਸ ਵਾਲੇ ਨੰਬਰ ਅਸੀਂ ਜਿਹਨਾਂ ਤੇ ਅਸੀਂ ਨਿਸ਼ਾਨੀ ਨਹੀਂ ਲਾਈ ਹੁਣ ਉਹਨਾਂ ਦਾ ਜੋੜ ਕਰ ਲੈਣਾ ਇਹਨਾਂ ਦਾ ਜੋੜ ਕਰਾਂਗੇ ਅਸੀਂ ਇਹ ਹੋ ਜਾਣਾ ਸਾਡੇ ਕੋਲ 6 ਆ ਇਹ ਵੀ 6 ਆ 6 ਪਲੱਸ 6 ਪਲੱਸ ਇਹ ਵਾਲੇ 3 ਇਹ ਕਿੰਨਾ ਆ ਗਿਆ 6 ਤੇ 6 12 ਤੇ 3 15 ਠੀਕ ਹੈ ਫਿਰ ਇਹਨਾਂ ਦਾ ਅਸੀਂ ਅੰਤਰ ਕਰਨਾ ਇਹ ਜਿਹੜਾ ਅਸੀਂ ਜੋੜ ਕੀਤੇ ਦੋਨਾਂ ਦੇ ਫਿਰ ਅਸੀਂ ਇਹਨਾਂ ਨੂੰ ਘਟਾਉਣਾ ਇੱਕ ਅੰਤਰ ਚੋਂ ਇੱਕ ਜੋੜ ਚੋਂ ਦੂਜੇ ਨੂੰ ਘਟਾਉਣਾ ਆ ਜਦੋਂ ਘਟਾ ਕੇ ਸਾਡੇ ਕੋਲ ਕੀ ਆਇਆ 15 ਮਾਈਨਸ 15 ਬਰਾਬਰ 0 ਠੀਕ ਹੈ ਜੇ ਤਾਂ ਸਾਡੇ ਕੋਲ 0 ਆ ਗਿਆ ਤਾਂ ਰਕਮ ਜਿਹੜੀ ਆ ਉਹ 11 ਨਾਲ ਭਾਗ ਯੋਗ ਹੈ ਇਹਨਾਂ ਅੰਕਾਂ ਦਾ ਜੇ ਜੋੜ ਦਾ ਅੰਤਰ ਜੇ 0 ਆ ਗਿਆ ਤਾਂ ਉਹ ਰਕਮ ਜਿਹੜੀ ਆ ਇਹ ਵਾਲੀ ਰਕਮ ਸਾਰੀ 11 ਨਾਲ ਭਾਗ ਯੋਗ ਹੋ ਜਾਣੀ ਆ ਬਿਨਾਂ ਭਾਗ ਕੀਤੇ ਸਾਨੂੰ ਜੇ ਦੱਸਣ ਨੂੰ ਕੋਈ ਕਵੇ ਤਾਂ ਇਹ ਰਕਮ ਜਿਹੜੀ ਆ ਇਹ 11 ਨਾਲ ਭਾਗ ਯੋਗ ਹੈ ਤਾਂ ਜਾਂ 0 ਆਵੇ ਜਾਂ ਫਿਰ 11 ਨਾਲ ਭਾਗ ਹੋਣ ਵਾਲਾ ਕੋਈ ਅੰਕ ਆ ਜੇ ਉਹਦੀ ਵੀ ਐਗਜ਼ਾਮਪਲ ਦੇਖ ਲੈਂਦੇ ਅਸੀਂ ਇੱਕ ਦੇਖੋ ਇਹ 2 ਨੰਬਰ ਲਿਖੇ ਹੁਣ ਮੈਂ ਇਹ 2 ਨੰਬਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਰਕੇ ਵੀ ਇਹਨਾਂ ਦਾ ਕੀ ਆਉਂਦਾ ਹਿਸਾਬ ਕਿਤਾਬ ਇਹਦਾ ਦੇਖੋ ਟਾਂਕ ਪਲੇਸ ਤੇ ਇੱਕ 3 ਹੈ ਫਿਰ ਇੱਕ ਅੰਕ ਛੱਡ ਕੇ ਅਸੀਂ ਇੱਥੇ ਨਿਸ਼ਾਨੀ ਲਾ ਲਈ ਇੱਕ ਅੰਕ ਛੱਡ ਕੇ ਅਸੀਂ ਇੱਥੇ ਨਿਸ਼ਾਨੀ ਲਾ ਲਈ ਠੀਕ ਹੈ ਹੁਣ ਇਹਨਾਂ ਦਾ ਜੋੜ ਕਰ ਦਈਏ 7 ਪਲੱਸ 1 ਪਲੱਸ 3 ਕਿੰਨੇ ਆ ਗਏ ਇਹ 11 7 ਦੇ ਕੱਟ ਤੇ 3 11 ਹੁਣ ਜਿਹੜੇ ਸਾਡੇ ਜਿਸਤ ਪਲੇਸ ਤੇ ਜਿਸਤ ਜਗ੍ਹਾ ਤੇ ਜਿਹੜੇ ਅੰਕ ਹੈ ਜਿਹਨਾਂ ਤੇ ਅਸੀਂ ਨਿਸ਼ਾਨੀ ਨਹੀਂ ਲਾਈ ਉਹਨਾਂ ਨੂੰ ਜੋੜੀਏ ਦੇਖੀਏ 9 ਤੇ 8 17 9 ਪਲੱਸ 8 ਪਲੱਸ 5 9 ਤੇ 8 17 17 5 22 ਹੁਣ ਅਸੀਂ ਇਹਨਾਂ ਦਾ ਅੰਤਰ ਦੇਖੀਏ 22 ਚੋਂ 11 ਘਟਾਈਏ ਸਾਡੇ ਤਾਂ ਕਿੰਨੇ ਬਚਦੇ ਆ 11 ਬਚ ਜਾਣੇ ਇਹ ਜਿਹੜਾ ਆਨਸਰ ਸਾਡਾ 11 ਆ ਇਹ 11 ਨਾਲ ਭਾਗ ਹੁੰਦਾ ਆ 11 ਇੱਕਮ 11 ਜਦੋਂ ਇਹ 11 ਨਾਲ ਭਾਗ ਹੁੰਦਾ ਇਹਦਾ ਮਤਲਬ ਇਹ ਰਕਮ ਵੀ 11 ਨਾਲ ਭਾਗ ਹੋ ਜਾਣੀ ਠੀਕ ਹੈ ਹੁਣ ਇਹ ਵਾਲਾ ਅੰਕ ਇਹ ਵਾਲੀ ਰਕਮ ਦੇਖੀਏ ਅਸੀਂ ਇਹਦੇ ਵਿੱਚ ਦੇਖੋ ਇਕਾਈ ਦੇ ਸਥਾਨ ਤੇ ਫਿਰ ਇੱਕ ਅੰਕ ਛੱਡ ਕੇ ਫਿਰ ਇੱਕ ਅੰਕ ਛੱਡ ਕੇ ਇੱਥੇ ਅਸੀਂ ਨਿਸ਼ਾਨ ਲਾ ਲਿਆ ਇਹ ਸਾਡੇ ਕੋਲ ਆ ਗਿਆ 6 ਪਲੱਸ 8 ਪਲੱਸ 9 8 ਤਾਂ 6 14 14 ਤਾਂ 9 23 23 ਆ ਗਿਆ ਠੀਕ ਹੈ ਇੱਥੇ ਸਾਡੇ ਕੋਲ ਕੀ ਬਚਿਆ ਸੀ 1 ਪਲੱਸ 0 ਇਹ ਬਰਾਬਰ 1 ਆਇਆ ਹੁਣ ਇਹਨਾਂ ਦਾ ਅੰਤਰ ਕਿੰਨਾ ਆ ਜਾਣਾ 23 ਮਾਈਨਸ 1 ਬਰਾਬਰ 22
बाई भी ग्यारह का टेबल चाहते हैं, बाई ग्यारह का टेबल चाहते हैं ना, इस करके यह रकम भी साड़ी वह ग्यारह नाल भाग योग है। जो साडा अंतर जिहड़ा आ ओह जीरो भी ना आए तो ग्यारह के टेबल में आने वाला भी ना आए तो वह जी संख्या आ साड़ी ग्यारह नाल भाग योग नहीं होंगी। ठीक है, सो ये जिहड़े भाग योगता के जिन्हें नियम इत्थे कराए गए साडे अगले चैप्टर के काम आएंगे, इन्हों बड़े इस ध्यान देखना समझना, तो फिर असं अगला चैप्टर करना है।